ਸ਼ਗਨ ਪਾਉਣ ਜਾ ਰਹੇ ਪਰਿਵਾਰ ਦੀ ਗੱਡੀ ਦਾ ਹੋਇਆ ਹਾਦਸਾ। ਸਾਹਮਣੇ ਤੋਂ ਆ ਰਹੀ ਕਾਰ ਨਾਲ ਹੋ ਗਈ ਭਿਆਨਕ ਟੱਕਰ। ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਹੋ ਗਈ ਮੌਤ। ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਜਿੱਥੇ ਇੱਕ ਪਰਿਵਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਸ਼ਗਨ ਪਾਉਣ ਜਾ ਰਿਹਾ ਸੀ ਤਾਂ ਖੁਸ਼ੀ ਦੇ ਮਾਹੌਲ ਦੇ ਵਿੱਚ ਪਰਿਵਾਰ ਸ਼ਗਨ ਪਾਉਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਸਾਹਮਣੇ ਤੋਂ ਆ ਰਹੀ ਕਾਰ ਦੇ ਨਾਲ ਇਹਨਾਂ ਦਾ ਭਿਆਨਕ ਹਾਦਸਾ ਹੋ ਗਿਆ ਅਤੇ ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ, ਜਦਕਿ ਇਸ ਦੇ ਵਿੱਚ 4 ਜਣੇ ਬਾਕੀ ਹੋਰ ਗੰਭੀਰ ਜ਼ਖਮੀ ਹੋ ਗਏ ਨੇ, ਜਿਨ੍ਹਾਂ ਦੇ ਵਿੱਚ 2 ਔਰਤਾਂ, 1 ਬੱਚਾ ਅਤੇ 1 ਵਿਅਕਤੀ ਵੀ ਸ਼ਾਮਿਲ ਹੈ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਪਰ ਇਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ। ਤਾਂ ਦੱਸਦੇ ਕਿ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਵੱਡਾ ਹਾਦਸਾ ਵਾਪਰਿਆ। ਤਾਂ ਖੁਸ਼ੀ ਖੁਸ਼ੀ ਪਰਿਵਾਰ ਸ਼ਗਨ ਪਾਉਣ ਦੇ ਲਈ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਇਹਨਾਂ ਦੀ ਗੱਡੀ ਦਾ ਭਿਆਨਕ ਹਾਦਸਾ ਹੋ ਗਿਆ, ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ। ਤਾਂ ਮੌਕੇ 'ਤੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਜਲਦ ਤੋਂ ਜਲਦ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ, ਜਿੱਥੇ ਕਿ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ, ਜਦਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਗਿਆ। ਤਾਂ ਬੜੀ ਦੁਖਦ ਖਬਰ ਸਾਹਮਣੇ ਆਈ ਹੈ, ਜਿੱਥੇ ਖੁਸ਼ੀ ਦੇ ਮਾਹੌਲ ਦੇ ਵਿੱਚ ਇਹ ਗਮ ਦਾ ਮਾਹੌਲ ਆ ਗਿਆ, ਕਿਉਂਕਿ ਜਿੱਥੇ ਪਰਿਵਾਰ ਇੱਕ ਰਿਸ਼ਤਾ ਜੋੜਨ ਜਾ ਰਿਹਾ ਸੀ ਤਾਂ ਇਸ ਦੇ ਵਿੱਚ ਉਹਨਾਂ ਦੇ ਇੱਕ ਸ਼ਖਸ ਦੀ ਮੌਤ ਹੋ ਗਈ। ਹਰਪ੍ਰੀਤ ਸਿੰਘ ਜੀ, ਕੀ ਹੋਇਆ, ਕੀ ਹੈ? ਕੋਟ ਬੱਤੇ ਉਗਟੇ ਕਰਕੇ ਗੱਡੀ ਮਾਰੀ ਨਾਲ ਦਾਰੂ ਦੀਆਂ ਬੋਤਲ ਪੀਆਂ ਵਿੱਚ, ਕਹਿੰਦੇ ਘਰ ਦੇ ਕਹਿੰਦੇ ਮੈਂਟਰੀ ਆਪਦੇ ਟੱਬਰ ਗੱਡੀ ਤੋਂ ਫੜਾਈ, ਮੈਂਟਰੀ ਆਪਦੇ ਟੱਬਰ। ਤੁਸੀਂ ਕਾਹਦੇ ਸੀਗੇ? ਅਸੀਂ ਵੀ ਸਵਿਫਟ ਗੱਡੀ 'ਤੇ ਸੀਗੇ ਜੀ, ਅਸੀਂ ਸਗਨ ਪਾਉਣ ਜਾ ਰਹੇ ਸੀ ਕੋਟ ਪੂਰੇ। ਕਿੰਨੇ ਨੇ ਜ਼ਖਮੀ ਹੋਏ? ਸਾਰਿਆਂ ਦੇ ਸਿਰ ਪੱਟੇ ਹੋਏ। ਕਿੰਨੇ ਕੁ ਜਣੇ ਆ? 4 ਜਣਿਆਂ ਦੀ ਡੈਥ ਹੋਈ। ਡੈਥ ਵੀ ਹੋ ਗਈ? ਕੁੜੀਆਂ ਦੇ ਬੰਦੇ ਕੀ ਡੈਥ ਕਰੀ? ਡੈਥ ਵੀ ਹੋਈ ਕੋਈ? ਇੱਕ ਡੈਥ ਹੋ ਗਈ ਤਾਏ ਦੀ ਜੀ ਮੇਰੇ। ਐਕਸੀਡੈਂਟ ਹੋ ਗਿਆ, ਪਤਾ ਲੱਗਿਆ ਬਸ ਵੀ ਐਕਸੀਡੈਂਟ ਹੋ ਗਿਆ, ਕੁਛ ਨੀ ਪਤਾ ਲੱਗਿਆ ਵੀ ਕੀ ਬਣ ਗਿਆ। ਕਿੰਨੇ ਜਣੇ ਜ਼ਖਮੀ ਹੋ? ਪਤਾ ਹੀ ਨੀ ਮੈਨੂੰ ਤਾਂ, ਕੁਛ ਨੀ ਪਤਾ। ਕੀ ਨਾਮ ਹੈ ਤੁਹਾਡਾ? ਪਰਮਜੀਤ। ਕਿੱਥੋਂ ਆਏ ਸੀਗੇ? ਅਸੀਂ ਚੜਸੋ ਮੋੜ ਤੋਂ। ਚੱਲੇ ਕਿੱਥੇ ਸੀ? ਕੋਟਕਪੂਰੇ ਜੀ। ਕਿਵੇਂ ਚੱਲੇ ਸੀਗੇ? ਹੈਂ ਜੀ, ਕਿਵੇਂ ਚੱਲੇ ਸੀ? ਅਸੀਂ ਸਾਰੇ ਖਮਣੀ ਮੰਨਣ ਜਾਂਦੇ ਸੀਗੇ ਕੁੜੀ ਦੇ। ਅੱਛਾ। ਮੁੰਡਾ ਤਾਂ ਬਾਹਰ ਸੀ, ਕੁੜੀ ਖਮਣੀ ਮੰਨਣ ਜਾਂਦੀ ਸੀ ਸਾ। ਫਿਰ ਕੀ ਹੋਇਆ? ਫਿਰ ਜੀ ਸਾਡੀ ਗੱਡੀ ਤਾਂ ਮੂਹਰੇ ਸੀਗੀ, ਇਹ ਗੱਡੀ 10 ਮਿੰਟ ਬਾਅਦ ਤੁਰੀ ਘਰੋਂ, ਅਸੀਂ ਆ ਕੇ ਡੱਬੇ ਡੁੱਬੇ ਪਾਉਣੇ ਸੀਗੇ ਤੇ ਕੋਟ ਫੱਟਿਆ ਕਿ ਇਹਦਾ ਐਕਸੀਡੈਂਟ ਹੋ ਗਿਆ, ਇਹਦੇ ਆਪਦੀ ਸਾਈਡ ਤੇ ਉੱਥੇ ਸਾਡੇ ਆਏ, ਉਹਨੇ ਆ ਕੇ ਵਿੱਚ ਗੱਡੀ ਮਾਰੀ ਥਾ ਦੇ। ਸਾਨੂੰ ਤਾਂ ਸਮੀਰ ਖੂਨ ਆਇਆ, ਸਾਨੂੰ ਕਹਿੰਦੇ ਕੋਟ ਫੱਤੇ ਐਕਸੀਡੈਂਟ ਹੋ ਗਿਆ, ਫਿਰ ਅਸੀਂ ਕੋਟ ਫੱਤੇ ਵੱਗ ਗਏ, ਉੱਥੋਂ ਅਸੀਂ ਫਿਰ ਸਾਰੇ ਹਸਪਤਾਲ ਲੈ ਗਏ, ਉੱਥੋਂ ਅਸੀਂ ਵਾਪਸ ਹਸਪਤਾਲ। ਜ਼ਖਮੀ ਕਿੰਨੇ ਹੋਏ? ਜ਼ਖਮੀ ਤਾਂ ਜੀ ਕੋਟ ਫੱਤੇ ਕਹਿੰਦੇ ਐਕਸੀਡੈਂਟ ਹੋਇਆ, ਅਸੀਂ ਤਾਂ ਕੋਲੇ ਨਹੀਂ ਸੀਗੇ ਸਾਡੀ ਗੱਡੀ ਦਾ। ਜ਼ਖਮੀ ਜੀ ਪੋਤੀ ਹੈ ਤੇ ਉੱਥੇ ਸ਼ਗਨ ਦਾ ਪ੍ਰੋਗਰਾਮ ਸੀ, ਉੱਥੇ ਜਾ ਰਹੇ ਸੀ। ਫਿਰ ਕੀ ਹੋਇਆ? ਕੋਟ ਫੱਤੇ ਕੋਲੇ ਜਾ ਕੇ ਗੱਡੀ ਲੱਗ ਗਈ ਭਤੀਜੇ ਦੀ ਮੇਰੇ। ਕਿੰਨੇ ਜ਼ਖਮੀ? 4 ਜਣੇ ਜ਼ਖਮੀ ਹੈ ਜੀ, 1 ਦੀ ਬਾਂਹ ਫ੍ਰੈਕਚਰ ਹੋਈ ਹੈ, 1 ਦੀ ਡੈਡ ਹੋ ਗਈ। ਮੌਤ ਵੀ ਹੋਈ? ਹਾਂਜੀ। ਕਿਵੇਂ ਲੱਗੀ ਗੱਡੀ, ਕੀ ਗੱਲ ਸੀ? ਉਹ ਬੰਦਾ ਜਿਹੜਾ ਮੂਹਰੋਂ ਗੱਡੀ ਆਇਆ ਉਹ ਦਾਰੂ ਪੀਤੀ ਹੋਈ ਹੈ ਜੀ। ਗੱਡੀ ਵਿੱਚ ਗੱਡੀ ਮਾਰੀ? ਹਾਂਜੀ।